ਅੰਮ੍ਰਿਤਸਰ ਦੇ ਸਟੇਟ ਆਪਰੇਸ਼ਨ ਸੈੱਲ ਵੱਲੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ICI ਦਾ ਏਜੰਟ ਦੱਸਿਆ ਜਾ ਰਿਹਾ ਹੈ। 3 ਬੰਦੇ ਅਰੈਸਟਡ ਨੇ, 2 ਪਿਸਟਲ, 3 ਮੈਗਜ਼ੀਨ, 14 ਰਾਉਂਡ ਦੀ ਰਿਕਵਰੀ ਹੈ, ਆਰਮਜ਼ ਐਕਟ ਦਾ ਪਰਚਾ, 3 ਦਿਨ ਦਾ ਪੁਲਿਸ ਰਿਮਾਂਡ ਆ, ਦੈਟਸ ਇਟ। ਉਹ ਜਸੂਸੀ ਦੇ ਕੇਸ 'ਚ ਫੜਿਆ, ਉਹਦੇ ਕੋਲ ਡਾਕੂਮੈਂਟਸ ਦੀ ਰਿਕਵਰੀ ਆ, ਉਹਦਾ 19 ਤੱਕ ਪੁਲਿਸ ਰਿਮਾਂਡ। ਸਰ ਇਸ ਕੇਸ ਤੁਸੀਂ ਪੁਲਿਸ ਨੇ ਪਾਈ ਆ, ਕਿਸ ਜਗ੍ਹਾ ਪਾਈ ਹੈ ਇਹਦੀ ਅਰੈਸਟ? ਐਸੋਸੀਏਟ ਡਿਪਾਰਟਮੈਂਟ ਨੇ। ਰਾਮ ਕੁਮਾਰ ਜਿਹੜਾ ਬਿਆਸ ਤੋਂ ਫੜਿਆ ਗਿਆ, ਤੇ ਜਿਹੜੇ ਇਹ 3 ਬੰਦੇ ਨੇ ਇਹ ਅੰਮ੍ਰਿਤਸਰ ਤੋਂ ਫੜੇ ਗਏ ਨੇ ਬੱਸ ਸਟੈਂਡ ਲਾਗੇ। ਇਹਨਾਂ ਦੀ ਆਈਡੈਂਟੀਫਿਕੇਸ਼ਨ ਕੀ ਨੇ, ਨਾਮ ਦੱਸ ਦਿਓ।